ਅਸਲਾਮ ਅਲੈਕਮ ਅਸਲਾਮ ਨਾਜ਼ਰੀਨ, ਨਾਜ਼ਰੀਨ ਤੁਸੀਂ ਤੁਸੀਂ ਦੇਖ ਦੇਖ ਰਹੇ ਰਹੇ ਹੋ ਹੋ ਫਕੀਰੀ ਫਕੀਰੀ ਰੰਗ ਰੰਗ ਚੈਨਲ। ਚੈਨਲ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਅੱਜ ਦਾ ਇਹ ਪੈਗਾਮ ਲੈ ਪੈਗਾਮ ਕੇ। ਲੈ ਕੇ ਅੱਜ ਅੱਜ ਦੇ ਇਸ ਦੇ ਇਸ ਪੈਗਾਮ ਦੇ ਪੈਗਾਮ ਵਿੱਚ ਦੇ ਆਪ ਵਿੱਚ ਜੀ ਦੇ ਆਪ ਨਾਲ ਜੀ ਦੇ ਗੱਲ ਨਾਲ ਗੱਲ ਸਾਂਝੀ ਸਾਂਝੀ ਕਰਾਂਗਾ ਕਰਾਂਗਾ ਕਿ ਕਿ ਬਿਨਾਂ ਬਿਨਾਂ ਮੁਰਸ਼ਦ ਮੁਰਸ਼ਦ ਤੋਂ ਤੋਂ ਰੱਬ ਰੱਬ ਮਿਲ ਮਿਲ ਸਕਦਾ ਸਕਦਾ ਜਾਂ ਜਾਂ ਨਹੀਂ ਨਹੀਂ ਮਿਲ ਮਿਲ ਸਕਦਾ, ਸਕਦਾ, ਕਿਉਂਕਿ ਕਿਉਂਕਿ ਬਹੁਤ ਬਹੁਤ ਸਾਰੇ ਸਾਰੇ ਦੋਸਤ ਦੋਸਤ ਜਿਹੜੇ ਜਿਹੜੇ ਨੇ ਨੇ ਉਹ ਉਹ ਇਬਾਦਤ ਇਬਾਦਤ ਕਰਦੇ ਕਰਦੇ ਨੇ ਨੇ ਪਰ ਪਰ ਉਹਨਾਂ ਉਹਨਾਂ ਦੇ ਦੇ ਪਿੱਛੇ ਪਿੱਛੇ ਕੋਈ ਕੋਈ ਮੁਰਸ਼ਦ ਮੁਰਸ਼ਦ ਨਹੀਂ ਨਹੀਂ ਹੈ ਹੈ ਤੇ ਤੇ ਉਹਨਾਂ ਉਹਨਾਂ ਦਾ ਦਾ ਇਹ ਇਹ ਸਵਾਲ ਸਵਾਲ ਸੀ ਸੀ ਕਿ ਕਿ ਬਿਨਾਂ ਬਿਨਾਂ ਮੁਰਸ਼ਦ ਮੁਰਸ਼ਦ ਤੋਂ ਤੋਂ ਰੱਬ ਰੱਬ ਮਿਲੇਗਾ ਮਿਲੇਗਾ ਜਾਂ ਜਾਂ ਨਹੀਂ ਨਹੀਂ ਮਿਲੇਗਾ। ਮਿਲੇਗਾ। ਤੋ ਅੱਜ ਅੱਜ ਜੀ ਜੀ ਆਪਾਂ ਆਪਾਂ ਇਸੇ ਇਸੇ ਸਵਾਲ ਸਵਾਲ ਦੇ ਦੇ ਉੱਪਰ ਉੱਪਰ ਗੱਲ ਗੱਲ ਕਰਨੀ ਕਰਨੀ ਹੈ ਹੈ ਸਾਰੀ ਸਾਰੀ ਕਿ ਕਿ ਬਿਨਾਂ ਬਿਨਾਂ ਮੁਰਸ਼ਦ ਮੁਰਸ਼ਦ ਤੋਂ ਤੋਂ ਇਬਾਦਤ ਇਬਾਦਤ ਕੀਤੀ ਕੀਤੀ ਜਾਵੇ ਜਾਵੇ ਤਾਂ ਤਾਂ ਉਹਦਾ ਉਹਦਾ ਫਿਰ ਫਿਰ ਕੀ ਕੀ ਹੱਲ ਹੱਲ ਹੁੰਦਾ। ਹੁੰਦਾ। ਸੋ ਸੋ ਅੱਜ ਅੱਜ ਦਾ ਦਾ ਪੈਗਾਮ ਪੈਗਾਮ ਸੁਣਨਾ ਸੁਣਨਾ ਬਹੁਤ ਬਹੁਤ ਜ਼ਰੂਰੀ ਜ਼ਰੂਰੀ ਹੈ। ਹੈ। ਸੋ ਸੋ ਆਓ ਆਓ ਅੱਜ ਅੱਜ ਦਾ ਦਾ ਇਹ ਪੈਗਾਮ ਪੈਗਾਮ ਆਪਾਂ ਆਪਾਂ ਸ਼ੁਰੂ ਸ਼ੁਰੂ ਕਰੀਏ ਕਰੀਏ ਉਸ ਉਸ ਖੁਦਾ ਖੁਦਾ ਦੇ ਦੇ ਨਾਂ ਨਾਂ ਤੇ ਤੇ ਜੋ ਹਰ ਜੋ ਇੱਕ ਹਰ ਇੱਕ ਤੇ ਤੇ ਮਿਹਰਬਾਨ ਮਿਹਰਬਾਨ ਔਰ ਔਰ ਨਿਗਹਬਾਨ ਨਿਗਹਬਾਨ ਹੈ। ਹੈ। ਬਿਨਾਂ ਬਿਨਾਂ ਮੁਰਸ਼ਦ ਮੁਰਸ਼ਦ ਤੋਂ ਤੋਂ ਕੀਤੀ ਕੀਤੀ ਹੋਈ ਹੋਈ ਇਬਾਦਤ ਇਬਾਦਤ ਉਹਦੇ ਉਹਦੇ ਨਾਲ ਨਾਲ ਸਾਨੂੰ ਸਾਨੂੰ ਰੱਬ ਰੱਬ ਮਿਲਦਾ ਮਿਲਦਾ ਜਾਂ ਜਾਂ ਨਹੀਂ ਨਹੀਂ ਮਿਲਦਾ। ਮਿਲਦਾ। ਹੁਣ ਇੱਥੇ ਇੱਥੇ ਗੱਲ ਗੱਲ ਇੱਕ ਇੱਕ ਇਹ ਇਹ ਸਮਝਣ ਸਮਝਣ ਦੀ ਦੀ ਲੋੜ ਲੋੜ ਹੈ ਹੈ ਕਿ ਕਿ ਹਰ ਹਰ ਘਰ ਘਰ ਦੇ ਦੇ ਵਿੱਚ ਵਿੱਚ ਰੋਜ਼ ਰੋਜ਼ ਇੱਕ ਇੱਕ ਇਨਸਾਨ ਇਨਸਾਨ ਐਸਾ ਐਸਾ ਹੈ ਹੈ ਜੋ ਜੋ ਰੱਬ ਰੱਬ ਨੂੰ ਨੂੰ ਯਾਦ ਯਾਦ ਕਰਦਾ ਕਰਦਾ ਹੈ ਹੈ ਉਹ ਰੱਬ ਰੱਬ ਦੇ ਦੇ ਨਾਮ ਨਾਮ ਦੇ ਦੇ ਉੱਪਰ ਉੱਪਰ ਰਾਗ ਰਾਗ ਵੀ ਵੀ ਕਰਦਾ, ਕਰਦਾ, ਹੋਰ ਹੋਰ ਜੋ ਜੋ ਬਣਦਾ ਬਣਦਾ ਉਹ ਉਹ ਕਰਮ ਕਰਮ ਹੈ ਹੈ ਉਹ ਉਹ ਸਾਰਾ ਸਾਰਾ ਕਰਦਾ ਕਰਦਾ ਰੋਜ਼। ਰੋਜ਼ ਤੇ ਤੇ ਹਰ ਹਰ ਇੱਕ ਇੱਕ ਸ਼ਹਿਰ ਸ਼ਹਿਰ ਦੇ ਦੇ ਵਿੱਚ, ਵਿੱਚ, ਹਰ ਹਰ ਇੱਕ ਇੱਕ ਪਿੰਡ ਪਿੰਡ ਦੇ ਦੇ ਵਿੱਚ ਵਿੱਚ ਜਿਹੜੀ ਜਿਹੜੀ ਹੈ ਹੈ ਰੱਬ ਰੱਬ ਦੇ ਦੇ ਨਾਮ ਨਾਮ ਦੇ ਦੇ ਉੱਪਰ ਉੱਪਰ ਬਹੁਤ ਬਹੁਤ ਸਾਰਾ ਸਾਰਾ ਸਾਨੂੰ ਸਾਨੂੰ ਸਵੇਰ ਸਵੇਰ ਸਵੇਰੇ ਸਵੇਰੇ ਸੁਣਨ ਸੁਣਨ ਨੂੰ ਨੂੰ ਮਿਲਦਾ, ਮਿਲਦਾ, ਸਤਸੰਗ ਸਤਸੰਗ ਸੁਣਨ ਸੁਣਨ ਨੂੰ ਨੂੰ ਮਿਲਦਾ ਮਿਲਦਾ ਜਾਂ ਜਾਂ ਹੋਰ ਹੋਰ ਰੱਬ ਰੱਬ ਦੇ ਦੇ ਨਾਮ ਨਾਮ ਹਰ ਹਰ ਪਾਸੇ ਪਾਸੇ ਲਿਆ ਲਿਆ ਜਾਂਦਾ ਜਾਂਦਾ ਚਾਰ ਚਾਰ ਚੁਫੇਰੇ। ਚੁਫੇਰੇ ਤੇ ਤੇ ਹਰ ਹਰ ਇੱਕ ਇੱਕ ਘਰ ਘਰ ਦੇ ਦੇ ਵਿੱਚ ਵਿੱਚ ਵੀ ਵੀ ਇਹ ਇਹ ਰੱਬ ਰੱਬ ਦਾ ਦਾ ਨਾਮ ਨਾਮ ਲਿਆ ਲਿਆ ਜਾਂਦਾ ਜਾਂਦਾ ਤੇ ਤੇ ਫਿਰ ਫਿਰ ਵੀ ਵੀ ਲੋਕ ਲੋਕ ਦੁਖੀ ਦੁਖੀ ਪਰੇਸ਼ਾਨ ਪਰੇਸ਼ਾਨ ਇੰਨੇ ਇੰਨੇ ਕਰਦੇ ਕਰਦੇ ਨੇ ਨੇ ਕਿਉਂਕਿ ਕਿਉਂਕਿ ਜਦੋਂ ਜਦੋਂ ਆਪਾਂ ਨੂੰ ਕੋਈ ਰਸਤਾ ਦੱਸਣ ਵਾਲਾ ਨਹੀਂ ਹੈ ਤੇ ਤੇ ਅਸੀਂ ਅਸੀਂ ਕਿਸੇ ਕਿਸੇ ਮੰਜ਼ਿਲ ਮੰਜ਼ਿਲ ਤੇ ਤੇ ਨਹੀਂ ਨਹੀਂ ਪਹੁੰਚ ਪਹੁੰਚ ਸਕਦੇ। ਸਕਦੇ ਹੁਣ ਇੱਥੇ ਹੁਣ ਦੋ ਇੱਥੇ ਤਿੰਨ ਦੋ ਤਿੰਨ ਗੱਲਾਂ ਗੱਲਾਂ ਨੂੰ ਨੂੰ ਯਾਦ ਯਾਦ ਰੱਖਣ ਰੱਖਣ ਦੀ ਦੀ ਲੋੜ ਲੋੜ ਹੈ। ਹੈ ਨੰਬਰ ਨੰਬਰ ਇੱਕ ਇੱਕ ਗੱਲ ਗੱਲ ਕਿ ਕਿ ਬਿਨਾਂ ਬਿਨਾਂ ਮੁਰਸ਼ਦ ਮੁਰਸ਼ਦ ਤੋਂ ਤੋਂ ਸਾਨੂੰ ਸਾਨੂੰ ਰੱਬ ਰੱਬ ਨਹੀਂ ਨਹੀਂ ਮਿਲ ਮਿਲ ਸਕਦਾ। ਸਕਦਾ। ਆਪਾਂ ਆਪਾਂ ਉਦਾਹਰਣ ਉਦਾਹਰਣ ਦੇ ਦੇ ਇੱਕ ਇੱਕ ਸਮਝ ਸਮਝ ਲਈਏ ਲਈਏ ਜਿੱਦਾਂ ਆਪਾਂ ਆਪਾਂ ਕਹਿ ਕਹਿ ਦਈਏ ਦਈਏ ਇੱਕ ਇੱਕ ਬੌਲ ਬੌਲ ਲਿਆ ਲਿਆ ਉਹਨੂੰ ਉਹਨੂੰ ਖੇਤ ਖੇਤ ਵਿੱਚ ਵਿੱਚ ਛੱਡ ਛੱਡ ਦਈਏ ਦਈਏ ਹਲ ਹਲ ਵਾਹੁਣ ਵਾਹੁਣ ਦੇ ਦੇ ਲਈ ਲਈ ਤੇ ਤੇ ਉਹ ਉਹ ਉਹਨੂੰ ਪਤਾ ਉਹਨੂੰ ਨਹੀਂ ਪਤਾ ਮੈਂ ਨਹੀਂ ਮੈਂ ਕਿੱਧਰ ਕਿੱਧਰ ਨੂੰ ਨੂੰ ਜਾਣਾ ਜਾਣਾ ਜਦੋਂ ਜਦੋਂ ਉਹਦੇ ਉਹਦੇ ਪਿੱਛੇ ਪਿੱਛੇ ਇੱਕ ਇੱਕ ਬੰਦਾ ਬੰਦਾ ਹੈ ਹੈ ਜਿਹੜਾ ਜਿਹੜਾ ਉਸ ਉਸ ਬੌਲ ਬੌਲ ਨੂੰ ਨੂੰ ਹੱਕਦਾ ਹੱਕਦਾ ਤੇ ਤੇ ਹਲ ਹਲ ਜਿਹੜਾ ਜਿਹੜਾ ਉਹ ਉਹ ਸਹੀ ਸਹੀ ਲੈ ਲੈ ਕੇ ਕੇ ਜਾਂਦਾ ਜਾਂਦਾ ਫਿਰ ਫਿਰ ਮੁੜਦਾ ਮੁੜਦਾ ਤੇ ਤੇ ਹੁਣ ਹੁਣ ਐਨੂੰ ਐਨੂੰ ਆਉਣਾ ਆਉਣਾ ਹੁਣ ਉਧਰ ਉਧਰ ਨੂੰ ਨੂੰ ਜਾਣਾ ਜਾਣਾ ਤੇ ਤੇ ਮੈਂ ਮੈਂ ਕੇਸ ਕੇਸ ਦੇ ਦੇ ਛੱਪੇ ਛੱਪੇ ਜਾਣਾ ਜਾਣਾ ਤੇ ਤੇ ਕਿੱਧਰੋਂ ਕਿੱਧਰੋਂ ਵਾਪਸ ਵਾਪਸ ਆਉਣਾ ਆਉਣਾ ਤੇ ਉਹ ਜਿਹੜਾ ਜਿਹੜਾ ਖੇਤ ਖੇਤ ਬਹੁਤ ਬਹੁਤ ਵਧੀਆ ਵਧੀਆ ਤਰੀਕੇ ਤਰੀਕੇ ਦੇ ਦੇ ਨਾਲ ਨਾਲ ਜੋਤ ਜੋਤ ਲੈਂਦੇ ਲੈਂਦੇ ਨੇ ਨੇ ਇਸ ਇਸ ਤਰ੍ਹਾਂ ਤਰ੍ਹਾਂ ਜਦੋਂ ਜਦੋਂ ਅਸੀਂ ਅਸੀਂ ਜ਼ਿੰਦਗੀ ਜ਼ਿੰਦਗੀ ਦੇ ਦੇ ਵਿੱਚ ਵਿੱਚ ਮੁਰਸ਼ਦ ਮੁਰਸ਼ਦ ਪਾਕ ਪਾਕ ਨੂੰ ਨੂੰ ਬਣਾਉਂਦੇ ਬਣਾਉਂਦੇ ਹਾਂ ਹਾਂ ਤੇ ਤੇ ਉਹ ਉਹ ਮੁਰਸ਼ਦ ਮੁਰਸ਼ਦ ਪਾਕ ਪਾਕ ਫਿਰ ਫਿਰ ਸਾਨੂੰ ਸਾਨੂੰ ਸਹੀ ਸਹੀ ਤਰੀਕੇ ਤਰੀਕੇ ਦੇ ਦੇ ਨਾਲ ਨਾਲ ਇੱਕ ਇੱਕ ਰਸਤਾ ਰਸਤਾ ਦਿੰਦੇ ਦਿੰਦੇ ਨੇ ਨੇ ਉਸ ਉਸ ਰਸਤੇ ਰਸਤੇ ਤੇ ਤੇ ਚੱਲ ਚੱਲ ਕੇ ਕੇ ਅਸੀਂ ਅਸੀਂ ਰੱਬ ਰੱਬ ਨੂੰ ਨੂੰ ਮਿਲਦੇ ਮਿਲਦੇ ਹਾਂ ਹਾਂ ਜਾਂ ਜਾਂ ਸਾਨੂੰ ਸਾਨੂੰ ਪਤਾ ਪਤਾ ਹੀ ਹੀ ਨਹੀਂ ਨਹੀਂ ਕਿ ਕਿ ਇਸ ਇਸ ਤਰੀਕੇ ਤਰੀਕੇ ਦੇ ਦੇ ਨਾਲ ਨਾਲ ਅਸੀਂ ਅਸੀਂ ਰੱਬ ਰੱਬ ਨੂੰ ਨੂੰ ਪਾਉਣਾ। ਪਾਉਣਾ। ਹਾਂ ਹਾਂ ਇਸ਼ਕ ਇਸ਼ਕ ਲੋਕ ਲੋਕ ਬਹੁਤ ਬਹੁਤ ਕਰਦੇ ਕਰਦੇ ਨੇ ਨੇ ਰੱਬ ਰੱਬ ਦੇ ਦੇ ਨਾਲ ਨਾਲ ਮਿਲਣਾ ਮਿਲਣਾ ਚਾਹੁੰਦੇ ਚਾਹੁੰਦੇ ਨੇ ਨੇ ਪਰ ਪਰ ਬਹੁਤ ਬਹੁਤ ਗੁੰਮਰਾਹ ਗੁੰਮਰਾਹ ਹੋਏ ਹੋਏ ਨੇ ਨੇ ਬਹੁਤ ਬਹੁਤ ਲੋਕ ਲੋਕ ਰਸਤੇ ਰਸਤੇ ਵਿੱਚ ਵਿੱਚ ਫਸੇ ਫਸੇ ਨੇ ਨੇ ਬਹੁਤ ਬਹੁਤ
ਆਪਾਂ ਪਹਿਲੇ ਨੰਬਰ 'ਤੇ ਤਾਂ ਗੱਲ ਇਹ ਹੈ ਕਿ ਆਪਣਾ ਵਿਜ਼ਨ ਜਿਹੜਾ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਮੁਰਸ਼ਿਦ ਬਣਾਉਣਾ ਕਾਹਤੇ ਹੈ। ਬਹੁਤ ਸਾਰੇ ਲੋਕ ਮੁਰਸ਼ਿਦ ਬਣਾਉਂਦੇ ਨੇ ਕਿ ਸਾਡੇ ਘਰ ਦੇ ਹਾਲਾਤ ਠੀਕ ਹੋ ਜਾਣ, ਸਾਡੇ ਕੰਮ ਠੀਕ ਹੋ ਜਾਣ, ਸਾਡੇ ਕੁਛ ਨੇ ਕੀਤਾ ਕਰਾਇਆ ਉਹ ਠੀਕ ਹੋ ਜਾਵੇ। ਇੱਕ ਤਾਂ ਇਹ ਗੱਲ ਹੋ ਗਈ। ਦੂਜੇ ਨੰਬਰ 'ਤੇ ਇੱਕ ਐਸੇ ਲੋਕ ਨੇ ਜੋ ਮੁਰਸ਼ਿਦ ਬਣਾਉਂਦੇ ਨੇ, ਉਹ ਕਹਿੰਦੇ ਸਾਨੂੰ ਘਰ ਦੇ ਕੰਮਾਂ ਦੇ ਨਾਲ ਜਾਂ ਉਹ ਔਰਲੇ ਪਾਲੇ ਚੀਜ਼ਾਂ ਦਾ ਕੋਈ ਮਤਲਬ ਨਹੀਂ, ਅਸੀਂ ਰੱਬ ਦਾ ਇਸ਼ਕ ਹਾਸਲ ਕਰਨਾ, ਅਸੀਂ ਮੁਰਸ਼ਿਦ ਪਾਕ ਦੇ ਵਿੱਚੋਂ ਰੱਬ ਨੂੰ ਦੇਖਣਾ, ਅਤੇ ਉਹ ਫਿਰ ਇਸ਼ਕ ਦੇ ਨਾਲ ਰੱਬ ਨੂੰ ਹਾਸਲ ਕਰਦੇ ਨੇ, ਅਸੀਂ ਮੁਰਸ਼ਿਦ ਬਣਾਉਣੇ। ਫਿਰ ਕੀ ਹੁੰਦਾ ਕਿ ਮੁਰਸ਼ਿਦ ਜਿਸ ਮੁਕਾਮ ਤੱਕ ਪਹੁੰਚਾ ਹੈ ਉਹਨੇ ਆਪਣੇ ਮਰੀਜ਼ ਨੂੰ ਉੱਥੇ ਹੀ ਲੈ ਕੇ ਜਾਣਾ। ਜੇ ਕੋਈ ਮੁਰਸ਼ਿਦ ਦਰਵੇਸ਼ੀ ਹਾਲਤ ਵਿੱਚ ਹੈ ਉਹਦਾ ਮਰੀਜ਼ ਵੀ ਦਰਵੇਸ਼ ਬਣ ਜਾਵੇਗਾ, ਜੇ ਕੋਈ ਕਲੰਦਰੀ ਲੈਣ ਦੇ ਵਿੱਚ ਹੈ ਉਹਦਾ ਮਰੀਜ਼ ਵੀ ਕਲੰਦਰ ਬਣ ਜਾਵੇਗਾ, ਜੇ ਕੋਈ ਹੋਰ ਅੱਗੇ ਗਿਆ ਉਹਨੇ। ਜਿੱਥੇ ਜਿੱਥੇ ਆਪਾਂ ਮੁਰਸ਼ਿਦ ਪਹੁੰਚੇ ਨੇ ਉਹਨੇ ਆਪਣੇ ਮਰੀਜ਼ ਨੂੰ ਉਹਨਾਂ ਨੇ ਉੱਥੇ ਤੱਕ ਲੈ ਜਾਣਾ ਹੁੰਦਾ, ਤੋ ਮੁਰਸ਼ਿਦ ਦੇ ਕਹਿਣ 'ਤੇ ਮਰੀਜ਼ ਨੇ ਚੱਲਣਾ। ਜਿਹੜਾ ਮਰੀਜ਼ ਮੁਰਸ਼ਿਦ ਤੋਂ ਕਹਿਣ ਤੋਂ ਬਾਹਰ ਹੋ ਗਿਆ ਉਹ ਬਾਹਰ ਹੈ। ਅਤੇ ਇਸ ਕਰਕੇ ਆਪਾਂ ਰੱਬ ਨੂੰ ਪਾਉਣਾ, ਆਪਾਂ ਆਪਣੇ ਮੁਰਸ਼ਿਦ ਦੇ ਨਾਲ ਇਸ਼ਕ ਕਰਨਾ ਤਾਂ ਰੱਬ ਮਿਲਦਾ। ਹੁਣ ਉਦਾਹਰਣਾਂ ਬਹੁਤ ਨੇ, ਜੇ ਹੁਣ ਆਪਾਂ ਕਹੀਏ ਵੀ ਇੱਕ ਬੱਚਾ ਸਕੂਲ ਜਾਂਦਾ ਨਹੀਂ ਅਤੇ ਉਹ ਪੜ੍ਹਿਆ ਹੈ ਨਹੀਂ, ਪੇਪਰ ਦੇ ਦੇ ਪਾਸ ਹੋ ਜੂਗਾ, ਨਹੀਂ ਹੁੰਦਾ। ਜਿੰਨਾ ਮਰਜ਼ੀ ਉਹਨੂੰ ਨੌਲੇਜ ਹੋਵੇ, ਜਿੰਨਾ ਮਰਜ਼ੀ ਉਹ ਗਿਆਨ ਲੈ ਕੇ ਫਿਰਦਾ ਹੋਵੇ, ਜਿੰਨਾ ਚਿਰ ਉਹ ਪੇਪਰ ਦੇਣ ਲਈ ਹਾਲ ਦੇ ਵਿੱਚ ਬਹਿੰਦਾ ਨਹੀਂ, ਬੋਰਡ ਦੇ ਅੰਦਰ ਕਿਸੇ ਰੋਲ ਨੰਬਰ ਦੇ ਥੱਲੇ, ਉਹਦਾ ਗਿਆਨ ਨਹੀਂ ਮੰਨਿਆ ਜਾਂਦਾ, ਉਹਦਾ ਇਲਮ ਨਹੀਂ ਮੰਨਿਆ ਜਾਂਦਾ। ਇਸੇ ਤਰ੍ਹਾਂ ਦੁਨਿਆਵੀ ਜਦ ਇਹ ਗੱਲਾਂ ਨੇ ਤਾਂ ਰੂਹਾਨੀਅਤ ਵਿੱਚ ਵੀ ਇਹ ਗੱਲਾਂ ਨੇ। ਮੁਰਸ਼ਿਦ ਪਾਕ ਹੋਣਗੇ ਅਤੇ ਸਾਨੂੰ ਇਸ਼ਕ ਦੱਸਣਗੇ, ਸਾਨੂੰ ਰਾਹ ਦੱਸਣਗੇ, ਸਾਡੀ ਪੜ੍ਹਾਈ ਕਰਾਉਣਗੇ ਸਮੇਂ ਸਮੇਂ 'ਤੇ ਕਿ ਮੇਰੇ ਮਰੀਜ਼ ਨੂੰ ਹੁਣ ਕਿਸ ਚੀਜ਼ ਦੀ ਲੋੜ ਹੈ, ਉਹ ਚੀਜ਼ ਨੂੰ ਉਹਨੂੰ ਦੱਸਣਗੇ, ਉਹ ਸਾਰੀਆਂ ਪੜ੍ਹਾਈਆਂ ਕਰਾਉਣਗੇ। ਉਹਨਾਂ ਪੜ੍ਹਾਈਆਂ ਦੇ ਉੱਪਰ ਆਪਾਂ ਚੱਲ ਕੇ ਫਿਰ ਰੱਬ ਦੇ ਲੱਗੇ ਪਹੁੰਚਦੀਆਂ, ਅਤੇ ਫਿਰ ਸਾਨੂੰ ਰੱਬ ਜਿਹੜਾ ਹੈ ਉਹ ਕਿਸੇ ਨਾ ਕਿਸੇ ਕੰਢੇ ਲਾਉਂਦਾ, ਫਿਰ ਅਸੀਂ ਉਹਨੂੰ ਦੇਖ ਸਕਦੇ ਹਾਂ। ਸੋ ਇਸ ਕਰਕੇ ਆਪਣਾ ਵਿਜ਼ਨ ਕਲੀਅਰ ਕੀਤਾ ਜਾਵੇ ਪਹਿਲਾਂ ਮੁਰਸ਼ਿਦ ਪਾਕ ਹੋਣ। ਇਹ ਦੇਖੋ ਇੱਕ ਇੱਥੇ ਹੋ ਰਿਹਾ ਕਿ ਹੁਣ ਇਸ ਜ਼ਮਾਨੇ ਦੇ ਵਿੱਚ ਮੁਰਸ਼ਿਦ ਬਣਾਈਏ, ਕਿਉਂਕਿ ਮੁਰਸ਼ਿਦ ਬਹੁਤ ਲੋਕ ਨੇ ਹਰ ਥਾਂ ਦੇ ਉੱਪਰ, ਹਰ ਪਿੰਡ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਹੁਤ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇੱਕ, ਜਿੱਦਾਂ ਇੱਥੇ ਇੱਕ ਲੋਕ ਕਹਿੰਦੇ ਕਿ ਬਾਬੇ ਬਹੁਤ ਆ, ਬਾਬਾ ਇੱਕ ਹੋਰ ਚੀਜ਼ ਹੁੰਦੀ ਹੈ, ਫਕੀਰ ਇੱਕ ਹੋਰ ਚੀਜ਼ ਹੁੰਦਾ ਹੈ, ਮੁਰਸ਼ਿਦ ਇੱਕ ਹੋਰ ਚੀਜ਼ ਹੁੰਦਾ ਹੈ। ਜਿਹੜੇ ਮੁਰਸ਼ਿਦ ਹੁੰਦੇ ਨੇ ਨਾ, ਜਿਹੜੇ ਕਾਮਿਲ ਮੁਰਸ਼ਿਦ ਹੁੰਦੇ ਨੇ, ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਉਹ ਆਪਣੇ ਮਰੀਜ਼ ਤੋਂ ਕੋਈ ਮੰਗ ਨਹੀਂ ਕਰਦੇ, ਉਹ ਆਪਣੇ ਮਰੀਜ਼ ਤੋਂ ਕਿਸੇ ਚੀਜ਼ ਦੀ ਮੰਗ ਨਹੀਂ ਕਰਦੇ, ਉਹ ਕਾਮਿਲ ਮੁਰਸ਼ਿਦ ਨੇ। ਠੀਕ ਹੈ, ਉਹ ਆਪਣੇ ਮਰੀਜ਼ ਨੂੰ ਸਦਾ ਹੱਕ ਦੇ ਰਾਹ 'ਤੇ ਤੋਰਦੇ ਨੇ, ਸੱਚ ਦੇ ਰਾਹ 'ਤੇ ਤੋਰਦੇ ਨੇ। ਠੀਕ ਹੈ, ਤੋ ਇਸ ਕਰਕੇ ਆਪਾਂ ਜਿਹੜੇ ਅੱਜ ਕੱਲ੍ਹ ਲੋਕ ਨੇ, ਕਈ ਵਾਰ ਮੇਰੇ ਇੱਥੇ ਦੋਸਤ ਆਪਾਂ ਨੂੰ ਕਈ ਦੱਸਦੇ ਨੇ ਕਿ ਮੇਰੇ ਮੁਰਸ਼ਿਦ ਜੋ ਜਦੋਂ ਵੀ ਅਸੀਂ ਜਾਈਏ ਉਹ ਕਹਿੰਦੇ ਨੇ ਕਿ ਸਾਡੇ ਆਹ ਲੈ ਕੇ ਆਓ, ਸਾਡੇ ਉਹ ਲੈ ਕੇ ਆਓ, ਸਾਨੂੰ ਆਹ ਚੀਜ਼ ਦਿਓ, ਸਾਨੂੰ ਉਹ ਚੀਜ਼ ਦਿਓ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ, ਹਾਂ ਇਹ ਇੱਕ ਫਰਜ਼ ਹੁੰਦਾ ਮਰੀਜ਼ ਦਾ ਕਿ ਆਪਣੇ ਮੁਰਸ਼ਿਦ ਨੂੰ ਜਦੋਂ ਵੀ ਮਿਲਣਾ ਕੋਈ ਨਾ ਕੋਈ ਜਿਹੜੀ ਉਹਨਾਂ ਜਰਾਨਾ ਜ਼ਰੂਰ ਲੈ ਕੇ ਜਾਣਾ, ਪਰ ਮੁਰਸ਼ਿਦ ਮੂੰਹ ਮੰਗ ਕੇ ਨਹੀਂ ਕਦੀ ਲੈਂਦੇ। ਤੋ ਇਸ ਕਰਕੇ ਇਹ ਕਾਮਿਲ ਮੁਰਸ਼ਿਦ ਦੀ ਨਿਸ਼ਾਨੀ ਹੁੰਦੀ ਹੈ। ਤੋ ਜਿਹੜੇ ਪੀਰ ਫਕੀਰ ਨੇ ਇਹਨਾਂ ਦੇ ਰਸਤੇ 'ਤੇ ਚੱਲਣਾ ਮੁਰਸ਼ਿਦ ਤੋਂ ਬਿਨਾਂ। ਹੁਣ ਬਿਨਾਂ ਮੁਰਸ਼ਿਦ ਤੋਂ ਇਬਾਦਤ ਕੀਤੀ ਉਹਦਾ ਰੰਗ ਹੋਰ ਹੁੰਦਾ, ਮੁਰਸ਼ਿਦ ਪਾਕ ਵਾਲੇ ਹੋ ਕੇ ਜਦੋਂ ਇਬਾਦਤ ਕਰਦੇ ਹਾਂ ਉਹਦਾ ਰੰਗ ਹੋਰ ਹੁੰਦਾ। ਅਸੀਂ ਕੀ ਕਰ ਰਹੇ ਹਾਂ, ਕੀ ਪੜ੍ਹ ਰਹੇ ਹਾਂ, ਸਾਡੇ ਮੁਰਸ਼ਿਦ ਨੂੰ ਸਾਰੀ ਖਬਰ ਹੁੰਦੀ ਹੈ ਅਤੇ ਉਹ ਸਾਨੂੰ ਫਿਰ ਉਸੇ ਤਰੀਕੇ ਦੇ ਨਾਲ ਅੱਗੇ ਤੋਰਦੇ ਨੇ ਜਿਸ ਇਸ਼ਕ ਦੇ ਵਿੱਚ ਅਸੀਂ ਰੰਗ ਹੋਏ ਹੁੰਦੇ ਹਾਂ। ਆਪਾਂ ਕੁਝ ਵੀ ਕਰਨਾ ਮੁਰਸ਼ਿਦ ਪਾਕ ਨੂੰ ਖਬਰ ਹੈ, ਉਹਨਾਂ ਦੇ ਆਪਾਂ ਨਿਗਾਹ 'ਚ ਰਹਿ ਕੇ ਜੋ ਪੜ੍ਹਨਾ ਉਹਦੇ ਨਾਲ ਫਿਰ ਮੁਰਸ਼ਿਦ ਪਾਕ ਸਾਡਾ ਜਿਹੜਾ ਹੈ ਸਾਡੇ 'ਤੇ ਕਰਮ ਕਰਦੇ ਨੇ ਅਤੇ ਸਾਡੀ ਜਿਹੜੀ ਨਿਗਾਹ ਹੈ ਉਹ ਵੀ ਖੁੱਲ੍ਹਦੀ ਹੈ। ਸਾਡਾ ਸਾਰਾ ਜਿਹੜਾ ਦੁਨਿਆਵੀ ਗੱਲਾਂ ਤੋਂ ਕੁਛ ਵੀ ਨਹੀਂ ਹੈ, ਉਹ ਤਾਂ ਆਪੇ ਹੋ ਜਾਂਦੀਆਂ, ਰੂਹਾਨੀ ਦੇ ਵਿੱਚ ਸਾਡਾ ਜਿਹੜਾ ਨਾਮ ਜਿਹੜਾ ਉਹ ਅੱਗੇ ਚੱਲਦਾ ਮਾਲਕ ਦੇ ਘਰ ਦੇ ਵਿੱਚ, ਕਿਉਂਕਿ ਜਦੋਂ ਅਸੀਂ ਸਜਰੇ ਵਿੱਚ ਆ ਜਾਂਦੇ ਹਾਂ।
ਸਵਾਸ ਕਰਦਾ ਕਿ ਆਪ ਜੀ ਨੂੰ ਅੱਜ ਦੇ ਇਸ ਪੈਗਾਮ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।